वेलकम अगेन स्टूडेंट्स टुडे वी विल डिस्कस द पेपर टीचिंग ऑफ कॉमर्स पेपर फोर्थ एंड फिफ्थ सेमेस्टर वन इत बाय मिस्टेक सेमेस्टर टू है पेपर कोड नाइन वन वन सैवन भी तीन सैक्शन हो ए बी एंड सी ਏ ਤੇ ਬੀ ਦੇ ਵਿੱਚ ਦੋ ਦੋ ਕੁਐਸਚਨ ਦਿੱਤੇ ਹੋਣਗੇ 10 10 ਮਾਰਕਸ ਦੇ ਹੋਣਗੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਇੱਕ अटेम्प्ट ਕਰਨਾ ਹੈ ਤੇ ਸੈਕਸ਼ਨ ਸੀ ਹੈ ਜਿਹੜਾ ਸਾਰੇ ਹੀ ਕੰਪਲਸਰੀ ਹੈ ਉਹਦੇ ਵਿੱਚ ਫਾਈਵ ਸ਼ਾਰਟ ਨੋਟਸ ਹੋਣਗੇ ਤੇ ਹਰ ਇੱਕ ਦੇ 3 ਨੰਬਰ ਹੋਣਗੇ ਸੈਕਸ਼ਨ ਏ ਡਿਸਕਸ ਦਾ ਆਬਜੈਕਟਿਵਸ ਐਂਡ ਸਕੋਪ ਆਫ ਕਮਰਸ ਇਲੈਬੋਰੇਟ ਅਪਨ ਦਾ ਰੋਲ ਐਂਡ ਕੁਆਲਟੀਜ਼ ਆਫ ਅ ਕਮਰਸ ਟੀਚਰ ਦੋਵੇਂ 10 10 ਨੰਬਰ ਦੇ ਹੈ ਤੁਸੀਂ ਇੱਕ अटेम्प्ट ਕਰਨਾ ਹੈ ਕੋਈ ਵੀ ਸੈਕਸ਼ਨ ਬੀ What is commerce textbook explain their types and importance next question what are teaching aids explain the different types of teaching aids with suitable examples ye bhi 10 number da hai tusi do bande vichon ik attempt kar sakde ho section c compulsory questions write short notes on the following professional growth of commerce teachers relationship of commerce with other subjects selection of commerce textbook principles of selection of teaching aids worksheets in commerce ਇਹ ਪੰਜ ਕੁਐਸਚਨ ਨੇ ਪੰਜ ਹੈਗੇ ਤਿੰਨ ਤਿੰਨ ਨੰਬਰ ਤੇ ਤੇ ਟੋਟਲ ਮਾਰਕਸ 15 ਐਸੀ ਤੁਹਾਡਾ ਇੰਗਲਿਸ਼ ਮੀਡੀਅਮ ਦੇ ਵਿੱਚ ਨਾਓ ਇਨ ਪੰਜਾਬੀ ਮੀਡੀਅਮ ਭਾਗ A ਤੇ B ਵਿੱਚੋਂ ਇੱਕ ਇੱਕ ਪ੍ਰਸ਼ਨ 10 ਅੰਕਾਂ ਵਾਲੇ ਨੇ C ਕੰਪਲਸਰੀ ਹੈ ਪੰਜ ਨੇ ਕੁਐਸਚਨ ਤੇ ਤਿੰਨ ਤਿੰਨ ਨੰਬਰ ਦੇ ਹੈ ਨਾਓ ਸੈਕਸ਼ਨ A ਕਮਰਸ ਦੇ ਉਦੇਸ਼ਾਂ ਅਤੇ ਕਾਰਜ ਖੇਤਰ ਦੀ ਚਰਚਾ ਕਰੋ ਇੱਕ ਕਮਰਸ ਅਧਿਆਪਕ ਦੀ ਭੂਮਿਕਾ ਅਤੇ ਗੁణਾਂ ਦੀ ਵਿਆਖਿਆ ਕਰੋ ਦੋਵੇਂ 10-10 ਨੰਬਰ ਦੇ ਆ ਨੌ ਸੈਕਸ਼ਨ ਬੀ ਕਮਰਸ ਪਾਠ ਪੁਸਤਕ ਕੀ ਹੈ ਉਹਨਾਂ ਦੀਆਂ ਕਿਸਮਾਂ ਤੇ ਮਹੱਤਤਾ ਦੀ ਵਿਆਖਿਆ ਕਰੋ ਅਧਿਆਪਨ ਸਾਹਿਗ ਸਮਗਰੀ ਕੀ ਹੈ ਅਧਿਆਪਨ ਸਾਹਿਗ ਸਮਗਰੀ ਦੀਆਂ ਵੱਖ-ਵੱਖ ਕਿਸਮਾਂ ਦੀਆਂ ਟੁਕੀਆਂ ਉਦਾਹਰਨਾਂ ਸਹਿਤ ਵਿਆਖਿਆ ਕਰੋ ਦੋਵੇਂ ਹੀ 10-10 ਨੰਬਰ ਦੇ ਨੇ ਇੱਕ अटेम्प्ट ਕਰੋਗੇ ਭਾਗ ਸੀ ਲਾਜ਼ਮੀ ਪ੍ਰਸ਼ਨ ਹੇਠ ਲਿਖੇ ਦੇ ਸੰਖੇਪ ਨੋਟ ਲਿਖੋ ਕਮਰਸ ਅਧਿਆਪਕਾਂ ਦਾ ਪੇਸ਼ਾਵਰ ਵਿਕਾਸ ਕਮਰਸ ਦਾ ਦੂਸਰੇ ਵਿਸ਼ਿਆਂ ਨਾਲ ਸੰਬੰਧ ਕਮਰਸ ਪਾਠ ਪੁਸਤਕਾਂ ਦੀ ਚੋਣ ਅਧਿਆਪਨ ਸਹਾਇਕ ਸਮਗਰੀ ਦੀ ਚੋਣ ਦੇ ਸਿਧਾਂਤ ਕਮਰਸ ਵਿੱਚ ਵਰਕਸ਼ੀਟਾਂ ਪੰਜ ਕੁਐਸਚਨ ਨੇ 3-3 ਨੰਬਰ ਦੀ ਨੇ 15 ਮਾਰਕਸ ਹੋ ਗਏ ਟੋਟਲ ਤੁਹਾਡਾ ਜਿਹੜਾ ਪੇਪਰ ਹੋ 35 ਮਾਰਕਸ ਦਾ ਹੈ ਥੈਂਕਸ ਫॉर ਵਾਚਿੰਗ